बिस्मिल्लाह रहमान रहीम। लोधरा से राणा साहब का तीसरा सवाल देखते हैं, ये क्या है जनाब? बाकी ठीक ने, अगे गंद छंद भी उन्हें सीटना है। किन्ने सिटना है? मेनू दस दौ ते दूसरा ताजी सुई गां है। ताजी सुई ठीक है गां। जी, ते उन्हां दे वास्ते मेनू कोई चीज दस दौ। बाकी ठीक ने, अगे गंद छंद भी उन्हें सीटना है, ते ओदे वास्ते भी मेनू ना कोई चीज दस दौ। ताडा एक मैं देखिया सी, ओदे विच सी अलसी सी ते मेथरे सी, उस तो बाद जनाब हाड़ों सी, मक्की दा आटा सी, गुड़ सी। ए मतलब तुसी गंद वास्ते दस्या आया सी, ते इना दी मिकदार भी मैनू दस दिया जे। मेरे कोल ना वो नोट सी ते वो गुम हो गया। नहीं, वो पुराना नोट्स ने, नवे नोट्स ले लो। ए 100 ग्राम सफ़ेद ज़ीरा, 100 ग्राम अलसी, 100 ग्राम हाड़ियों, 250 ग्राम एदा गुलाब दे फुल दियां पत्तियां, ते एक छटांक एदे च मिठा सोडा। ए रोज़ाना दी बुनियाद ते ए देना है 5-6 दिन। इंशाल्लाह ताला सफाई अच्छी हो जाएगी। ਇਹ ਮੈਂ ਯੂਟਿਊਬ ਤੇ ਵੀ ਤੂੰ ਚੁੱਕੇ ਤੁਹਾਡੇ ਸਾਰੇ ਸਵਾਲ ਮੈਂ ਇੱਕ ਇੱਕ ਕਰਕੇ ਇੱਕ ਇੱਕ ਟੌਪਿਕ ਤੇ ਇਹ ਮੈਂ ਇਹ ਚੜਾ ਰਿਹਾ। ਇਹ ਤੁਹਾਨੂੰ ਤਾਜ਼ੇ ਲੋਧਰਾਂ ਤੇ ਤਾਜ਼ਾ ਸੂਈ ਗਾਂ ਦੇ ਸਫਾਈ ਇਹ ਅਨੁਮਾਨ ਹੋਏਗਾ। ਇਹ ਵੀ ਦੇਖ ਲਿਆ ਜੇ ਇੱਕ ਹੋਰ ਰੱਖਣਾ, ਜਦੋਂ ਮਰਜ਼ੀ ਇਹ ਤੁਸੀਂ ਦੇਖਿਆ ਕਰੋ ਤੇ ਤੁਹਾਨੂੰ ਇਹ ਨਹੀਂ ਹੋਏਗਾ ਕਿ ਜੀ ਮੈਂ ਨੋਟਸ ਗੁੰਮ ਕਰ ਦਿੱਤੇ ਨੇ। ਜੋ ਮਰਜ਼ੀ ਜੇ ਗੁੰਮ ਕਰ ਦਿਓ, ਯੂਟਿਊਬ ਨਹੀਂ ਗੁੰਮ ਕਰਦਾ, ਇਹਦੇ ਵਿੱਚ ਰਹਿੰਦੇ ਨੇ ਉਹ ਚੀਜ਼ਾਂ, ਔਰ ਰਹਿੰਦੀ ਅੱਗੋਂ ਜਿਹੜੀਆਂ ਨਸਲਾਂ ਨੇ ਉਹ ਵੀ ਦੇਖਦੀਆਂ ਰਹਿਣਗੀਆਂ ਕਿ ਜਨਾਬ ਰਾਣਾ ਸਾਹਿਬ ਨੇ ਕੋਈ ਸਵਾਲ ਕੀਤਾ ਸੀ ਔਰ ਉਹਨਾਂ ਦੀ ਆਵਾਜ਼ ਇਹ, ਔਰ ਇਹਨਾਂ ਨੂੰ ਡਾਕਟਰ ਅਸ਼ਰਫ ਸਾਹਿਬਜ਼ਾਦਾ ਨੇ ਇਹ ਜਵਾਬ ਦਿੱਤਾ ਸੀ, ਔਰ ਡਾਕਟਰ ਅਸ਼ਰਫ ਸਾਹਿਬਜ਼ਾਦ ਦੀ ਆਵਾਜ਼ 'ਚ ਇਹ ਗੱਲਾਂ ਕੀਤੀਆਂ ਉਹਨੇ ਕਿ ਜਿਸ ਵੇਲੇ ਤਾਜ਼ਾ, ਜਿਸ ਵੇਲੇ ਗਾਂ ਸੂਏ, ਉਹਦਾ ਇਹ ਚੀਜ਼ਾਂ ਜਿਹੜੀਆਂ ਨੇ ਦੇਣੀਆਂ ਨੇ ਉਹਦੀ ਅੰਦਰੂਨੀ ਸਫਾਈ ਵਾਸਤੇ। ਉਹਦੇ ਵਾਸਤੇ ਫਿਰ ਇੱਕ ਵਾਰੀ ਦੱਸ ਰਿਹਾ, ਇਹ 100 ਗ੍ਰਾਮ ਦਾ ਮਤਲਬ ਇਹ ਅੱਧ ਪਾ, ਅੱਧ ਪਾ ਸਫੈਦ ਜ਼ੀਰਾ, ਅੱਧ ਪਾ ਅਲਸੀ, ਅੱਧ ਪਾ ਹਾਲਿਓ, ਔਰ ਇੱਕ ਪਾ ਇੱਕ ਇਹਦੇ ਵਿੱਚ ਗੁਲਾਬ ਦੇ ਫੁੱਲ ਦੀਆਂ ਪੱਤੀਆਂ, ਤੇ ਇੱਕ ਛਟਾਂਕ ਉਹਦੇ 'ਚ ਮਿੱਠਾ ਸੋਡਾ। ਇਹ ਰੋਜ਼ ਹੀ ਬੁਨਿਆਦ 'ਚ ਖੁਸ਼ਕੀ ਇਹਨੂੰ ਦੇ ਦੇਣਾ, ਔਰ ਇਹਨੂੰ ਜਿਸ ਤਾਜ਼ਾ ਸੂਈ ਹੋਵੇ ਇਹਨੂੰ 6-7 ਦਿਨ ਦਿਓਗੇ, ਸਫਾਈ ਵੀ ਅੱਛੀ ਹੋ ਜਾਏਗੀ, ਔਰ 1 ਮਹੀਨਾ ਤੱਕ ਤਕਰੀਬਨ 21-22-23 ਦਿਹਾੜੇ ਤੱਕ ਇਹਨੂੰ ਭੇ ਕੇ ਵੰਡਾ ਨਹੀਂ ਦੇਣਾ। ਜਦੋਂ ਵੀ ਦੇਣਾ ਖੁਰਾਕ ਇਹਨੂੰ ਖੁਸ਼ਕ ਵੰਡਾ ਦੇਣਾ, ਖੁਸ਼ਕ ਖਲ ਵਗੈਰਾ ਪਾਣੀ ਅੱਗੋਂ ਜੋ ਵੀ ਕਰਨਾ, ਠੀਕ ਹੈ? ਅਗਰ ਜੋ ਮਸਲਾ ਹੋਏਗਾ ਯੂ ਆਰ ਮੋਸਟ ਵੈਲਕਮ, ਐਵਰ ਵੈਲਕਮ। ਲੇਕਿਨ ਫਿਰ ਇੱਕ ਵਾਰੀ ਗੁਜ਼ਾਰਿਸ਼ ਕਰਾਂਗਾ ਕਿ ਇੱਕ ਸਵਾਲ ਦੇ ਵਿੱਚ ਹੀ ਸਾਰੇ ਸਵਾਲ ਇੰਟਰਮਿੰਗਲ ਕਰਨ ਨਾਲ ਹੁਣ ਮੈਨੂੰ ਇਹ ਬਾਰ ਬਾਰ ਵਿੱਚੋਂ ਕੱਢਣਾ ਪਏ ਨੇ ਕਿ ਕੀ ਸਵਾਲ ਕੀਤੇ ਨੇ। ਤੇ ਬਿਹਤਰ ਹੁੰਦਾ ਹੈ ਕਿ ਇੱਕ ਸਵਾਲ ਕਰੋ ਤੇ ਉਸ ਤੋਂ ਉਂਗਲੀ ਚੁੱਕ ਲਓ, ਦੂਜਾ ਸਵਾਲ ਕਰੋ ਫਿਰ ਚੁੱਕ ਲਓ, ਤੀਸਰਾ ਸਵਾਲ ਕਰੋ ਫਿਰ। ਹਰ ਵਾਰੀ ਦੱਸ ਦਿੱਤਾ ਕਿ ਮੈਂ ਰਾਣਾ ਫਲਾਣਾ ਬੋਲ ਰਿਹਾ, ਇਹ ਮੇਰਾ ਮਸਲਾ ਹੈ। ਲੋਧਰਾਂ ਤੋਂ ਫਲਾਣਾ ਰਾਣਾ ਬੋਲ ਰਿਹਾ, ਇਹ ਮੇਰਾ ਮਸਲਾ ਹੈ। ਰਾਣਾ ਮੈਂ ਇਹ ਫਲਾਣਾ ਬੋਲ ਰਿਹਾ ਔਰ ਮੇਰਾ ਇਹ ਮਸਲਾ ਦੱਸੋ। ਉਹ ਸਾਰਿਆਂ ਦੇ ਟੌਪਿਕ ਡਿਫਰੈਂਟ ਹੋਣਗੇ, ਹਰ ਇੱਕ ਦੇ ਉੱਤੇ ਤੁਹਾਨੂੰ ਵੀਡੀਓ ਮਿਲ ਜਾਏਗੀ। ਦੁਆਵਾਂ 'ਚ ਯਾਦ ਰੱਖਿਆ ਜੇ, ਔਰ ਸਾਰੇ ਲੋਧਰਾਂ ਨੂੰ ਸਲਾਮ ਫੀ ਮਾਨਲਾ।